ਇਹੋ ਜਿਹੇ ਕਿਹੜੇ ਬੰਦੇ ਨੇ ਜਿਹੜੇ ਨਵੇਂ ਬੰਦੇ ਦੇ ਪੈਰ ਨਹੀਂ ਲੱਗਣ ਦਿੰਦੇ? ਤੁਸੀਂ ਤਾਂ ਫਿਰ ਵੀ 15-16 ਸਾਲ ਦਾ ਤਜਰਬਾ, ਚੰਗੀ ਗਾਇਕੀ ਹੈ ਅਤੇ ਪੈਰ ਤੁਹਾਡੇ ਵੀ ਨਹੀਂ ਲੱਗੇ? ਉਹ ਤਾਂ ਹੁੰਦਾ ਹੀ ਹੈ ਜੀ, ਇਹ ਚੀਜ਼ ਤਾਂ ਕਿਉਂ ਲਗਾਮ ਪ੍ਰੋਡਿਊਸਰ ਦੇ ਹੱਥ 'ਚ ਆ ਸਰ, ਬਿਲਕੁਲ ਹੁੰਦੀ ਹੈ ਜੀ, ਆਪਦੀ ਕਮੀ ਕਰਕੇ ਲੱਗਦਾ ਪਿੱਛੇ, ਬਿਲਕੁਲ ਲੱਗਦਾ ਜੀ। ਉਹ ਕਿੱਥੇ ਅਤੇ ਮੈਂ ਕਿੱਥੇ? ਕਦੇ ਸ਼ੀਸ਼ੇ ਮੂਹਰੇ ਖੜ ਕੇ ਆਪਦੇ ਆਪ ਨੂੰ ਆਲੋਚਨਾ ਕੀਤੀ ਹੋਵੇ ਜਾਂ ਆਪਦੇ ਆਪ 'ਤੇ ਵਿਅੰਗ ਕੱਸਿਆ ਹੋਵੇ ਕਿਸੇ ਵੱਲ? ਇੱਕ ਹਿੱਟ ਤੁਹਾਨੂੰ ਹਿੱਟ ਦੇਣਾ ਸੌਖਾ ਹੈ, ਇੱਕ ਹਿੱਟ ਗਾਣਾ ਕਰਨਾ ਸੌਖਾ ਹੈ, ਪਰ ਹਿੱਟ ਰਹਿਣਾ ਬਹੁਤ ਔਖਾ। ਪੁੱਛ ਪੁੱਛ ਤੇਰੀ ਕੋਈ ਕਰੂਗਾ ਰਕੇਸ਼ ਨੀ, ਜੱਟ ਪੱਲੇ ਹਰ ਵੇਲੇ ਕੰਜਰ ਕਲੇਸ਼ ਨੀ, ਹੋ ਜਦੋਂ ਡਾਂਗੀ ਉੱਤੇ ਹੋਈ ਨੀ, ਜਦੋਂ ਡਾਂਗੀ ਉੱਤੇ ਪਠੱਪ ਖਾਂਟੀ ਨੇ ਹੋਰ ਕੀ ਹੈ, ਕਿਸੇ ਨੂੰ ਮੰਨਣਾ ਆਇਆ ਥੋੜ੍ਹਾ ਮੰਨਾਂਗੇ ਆਪਾਂ, ਕਮਾਲ ਦੀ ਗੱਲ, ਇਹ ਕੋਈ ਮੰਨਣਾ ਨਹੀਂ ਹੋਇਆ। ਇੰਡਸਟਰੀ 'ਚ ਬੰਦਾ ਸਰਵਾਈਵ ਕਿਹੜਾ ਕਰ ਸਕਦਾ? ਇਹ ਮੁਕੱਦਰਾਂ ਦੀ ਖੇਡ ਹੈ। ਮੇਰੇ ਬਾਈ ਜੀ ਐਂ ਕਰੀ ਜਾਂਦੇ ਨੇ, ਮੇਰੇ ਬਾਈ ਜੀ ਐਂ ਕਰੇ, ਉਹੀ ਬਾਈ ਜੀ ਦੇ ਫਿਰ ਪਰਚੇ ਹੋਣ ਲੱਗ ਜਾਂਦੇ, ਫਿਰ ਕਹਿੰਦੇ ਨੇ ਵੀ ਆਹ ਬਾਈ ਜੀ ਨੇ ਮੇਰੇ ਨਾਲ ਕੀਤਾ ਧੱਕਾ, ਇਹ ਬਾਈ ਮੇਰਾ ਖੇੜਾ ਨਹੀਂ ਛੱਡਦਾ। ਸ਼ੋਹਰਤ ਇੱਕ ਇਹੋ ਜਿਹੀ ਚੀਜ਼ ਹੈ ਜੀ, ਇੱਕ ਵਾਰ ਬੰਦੇ ਦਾ ਦਿਮਾਗ ਜ਼ਰੂਰ ਖਰਾਬ ਕਰ, ਕਿਉਂਕਿ ਸ਼ੋਹਰਤ ਨੂੰ ਪਹੁੰਚਾਉਣਾ ਬਹੁਤ ਮਤਲਬ ਵੱਡਾ ਮਾਜਨਾ। ਬੇਟੋ ਇੱਕ ਮਾਤਾ ਦਿਓ, ਮੁੜ ਕੇ ਜਨਮ ਨਹੀਂ ਲੈਣਾ ਵੀਰਾ। ਮੈਨੂੰ ਇੰਨਾ ਟਾਈਮ ਹੋ ਗਿਆ ਸਟਰਗਲ ਕਰਦੇ ਨੂੰ, ਮੇਰਾ ਇੱਕੋ ਦਮ ਹੀ ਗਾਣਾ ਹਿੱਟ ਹੋ ਗਿਆ, ਇੱਕੋ ਦਮ ਹੀ ਸ਼ੋਅਜ਼ ਚੱਲ ਪਏ, ਸਭ ਕੁਛ ਹੋ ਗਿਆ, ਮਤਲਬ ਉਹ ਅਨਐਕਸਪੈਕਟਡ ਚੀਜ਼ਾਂ ਨੇ ਜੀ। ਉਹ ਕਿਹੜਾ ਤਾਂ ਸਿਡਨੀ 'ਚ ਸ਼ੋਅ ਲੱਗੇ, ਉਸ ਤੋਂ ਬਾਅਦ ਫਿਰ ਨੈਗੇਟਿਵਿਟੀ ਕਾਹਦੀ ਰਹਿ ਗਈ? ਕਰੋਨਾ ਆ ਗਿਆ ਜੀ, ਕਰੋਨਾ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਜੀ, ਬਹੁਤ ਜ਼ਿਆਦਾ। ਫਿਰ ਉਦੋਂ ਬਾਅਦ ਨਹੀਂ ਉੱਠਿਆ ਗਿਆ? ਨਹੀਂ ਉੱਠਿਆ ਗਿਆ ਜੀ, ਹੌਸਲੇ ਨਹੀਂ ਪਿਆ, ਤੁਹਾਨੂੰ ਸਹੀ ਦੱਸਾਂ। ਉਮਰ ਦੇ ਨਾਲ ਨਾਲ ਕਦੇ ਲੱਗਦਾ ਵੀ ਬੂਸਟ ਵੀ ਮੁੱਕਦਾ ਜਾਂਦਾ? ਨਾ 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 ਜੀ ਨਾ, ਹੁਣ ਖੜ੍ਹਦੇ ਸਟੇਜ ਉੱਤੇ ਨਾਲ ਮੇਰੇ, ਕੋਈ ਚੱਕਰ ਵਾਲੀ ਗੱਲ ਹੀ ਨਹੀਂ। ਉਂਗਲ ਕਰਦੇ ਨੇ ਲੋਕ, ਅਗਲੇ ਕਹਿੰਦੇ ਨੇ ਵੀ ਕਲਾਕਾਰ ਤਾਂ ਚੋਟੀ ਦਾ ਸੀ ਯਾਰ, ਐਬ ਲੈ ਕੇ ਬਹਿ ਗਏ। ਉਮਰ ਨਿਆਣੀ ਦਾ ਕਦੇ ਰਾਜੇ ਦਾ ਕਦੇ ਰਾਣੀ ਦਾ। ਪੈਸਾ ਸਰ ਨੇ ਚੀਜ਼ਾਂ ਢੱਕ ਲੈਂਦਾ? ਪੈਸਾ ਜੀ, ਜੇ ਤਾਂ ਦੁਨੀਆਂ ਨੂੰ ਦਿਖਾਉਣਾ ਸਭ ਕੁਝ ਢੱਕ ਲੈਂਦਾ, ਜੇ ਦੁਨੀਆਂ ਨੂੰ ਦਿਖਾਉਣਾ। ਪੈਸਾ ਬੰਦੇ ਜੋੜ ਸਕਦਾ, ਪਰ ਜੋ ਤੁਹਾਡਾ ਅਸਲ ਦੋਸਤ ਹੈ, ਜੋ ਤੁਹਾਨੂੰ ਵਾਕਿਆ ਮੁਹੱਬਤ ਕਰਦਾ, ਉਹ ਤੁਸੀਂ ਪੈਸੇ ਨਾਲ ਨਹੀਂ ਖਰੀਦ ਸਕਦੇ। ਬਹੁਤ ਲੋਕ ਅਕਸਰ ਰਾਤ ਨੂੰ ਗੱਡੀਆਂ 'ਚ ਰੋਂਦੇ ਵੇਖੇ, ਉਹ ਹੁਣ ਸਮਝ ਆਉਂਦੀ ਹੈ ਜਾ ਕੇ, ਉਹ ਲੋਕ ਇਕੱਲੇ ਇੰਨੇ ਉਹਨਾਂ ਕੋਲ ਹੈ ਹੀ ਨਹੀਂ ਕੋਈ ਬਹਿਣ ਵਾਲਾ। ਹੁੱਪਾ ਤੂੰ ਜੱਟੀ ਟਿਊੜ ਦੇ ਖਲਾਰੇ ਜੱਟੀਏ, ਹਾਂ ਜੱਟ ਵਿੱਚ ਜਦੋਂ ਜੱਟਵਾਦ ਆ ਗਿਆ। ਦੋਸਤੋ, ਪੰਜਾਬ ਦੇ ਮੁੰਡਿਆਂ ਨੇ ਗਾਇਕੀ ਦੀ ਪੌੜੀ 'ਤੇ ਪੈਰ ਧਰਿਆ, ਕਈ ਪੂਰ ਚੜ੍ਹੇ ਅਤੇ ਕਈਆਂ ਨੂੰ ਅਦਵਾਟਿਓ ਮੁੜਨਾ ਪੈ ਗਿਆ। ਗਾਇਕੀ ਪੰਜਾਬ ਦੀ ਕਿੱਥੇ ਖੜ੍ਹੀ ਆ, ਪੰਜਾਬ ਦੇ ਮੁੰਡਿਆਂ ਨੇ ਕਿੰਨਾ ਕਲਾਹਾ ਖੱਟਿਆ ਅਤੇ ਕਿੰਨਾ ਕੁ ਨੁਕਸਾਨ ਝੱਲਿਆ। ਮਸਲੇ ਇਹ ਨੇ ਕਿ ਕਿਸੇ ਨੂੰ ਪ੍ਰੋਡਿਊਸਰ ਮਾੜਾ ਮਿਲ ਗਿਆ, ਕਿਸੇ ਦੀਆਂ ਆਪਦੀਆਂ ਕਿਸਮਤ ਦੀਆਂ ਰੀਝਾਂ ਟੁੱਟ ਗਈਆਂ। ਸਾਰੀ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਬਹੁਤ ਪੁਰਾਣੇ ਕਲਾਕਾਰ, ਸੁਰੀਲੇ ਕਲਾਕਾਰ ਰੈਮੀ ਰਮਾਣਾ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਰਮਾਣਾ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ, ਤੁਸੀਂ ਸੁਣਾਓ ਜੀ? ਠੀਕ ਠਾਕ ਹੋ? ਓ ਜੀ, ਗਰਮੀ ਮਨਾਈ ਜਾਂਦੇ ਹੈ ਨਾ? ਗਰਮੀ ਬਹੁਤ ਜ਼ਿਆਦਾ ਜੀ। ਰਮਾਣਾ ਜੀ, ਸਫ਼ਰ ਸ਼ੁਰੂ ਕੀਤਾ ਅੱਜ ਤੋਂ 16 ਸਾਲ ਪਹਿਲਾਂ ਜੀ, ਕਿਵੇਂ ਦਾ ਰਿਹਾ ਸਫ਼ਰ? ਸਫ਼ਰ ਵਧੀਆ ਸੀਗਾ ਜੀ, ਗੁੱਡ, ਬਹੁਤ ਅੱਛਾ। ਬਾਕੀ ਜ਼ਿਗਜ਼ੈਗ ਹੈ ਜੀ, ਉਤਰਾਅ ਚੜ੍ਹਾਅ ਦੇਖੇ ਬਹੁਤ ਜ਼ਿਆਦਾ ਇਸ ਟਾਈਮ ਦੇ ਵਿੱਚ। ਕਰੋਨਾ ਦੇਖਿਆ, ਕਰੋਨਾ ਨੇ ਬਹੁਤ ਕੁਛ ਦਿਖਾਇਆ। ਕੀ ਲੱਗਦਾ ਵੀ ਪੂਰ ਕਿਹੜੇ ਕਲਾਕਾਰ ਚੜ੍ਹਦੇ ਆ?
ਇਹਦੇ ਵਿੱਚ ਜੀ ਕਲਾਕਾਰੀ ਚੀਜ਼ ਇਹੋ ਜਿਹੀ ਹੈ ਜੀ, ਪੂਰਤੀ ਤਾਂ ਹੈ ਹੀ ਨਹੀਂ ਹੈ ਜੀ। ਹਾਂ, ਕਿਉਂਕਿ ਇਹ ਤਾਂ ਇੱਕ ਇਹੋ ਜਿਹੀ ਮੰਜ਼ਿਲ ਹੈ ਜਿਹਨੂੰ ਤੁਸੀਂ ਸਾਰੀ ਉਮਰ ਤੁਸੀਂ ਤੁਹਾਡੀ ਲੰਘ ਜਾਂਦੀ ਹੈ ਕਿ ਤੁਸੀਂ ਇਹਦੀ ਕੋਈ ਹੱਦ ਹੀ ਨਹੀਂ ਹੈ ਜੀ ਕਲਾਕਾਰੀ ਦੀ, ਮੈਨੂੰ ਤਾਂ ਹੀ ਲੱਗਦਾ ਜੀ। ਤੁਹਾਡੇ ਟਾਈਮ 'ਚ ਜਦੋਂ ਅੱਜ ਤੋਂ 15-20 ਸਾਲ ਪਹਿਲਾਂ ਦੀ ਆਪਾਂ ਗੱਲ ਕਰੀਏ, ਉਦੋਂ ਬਾਅਦ ਇੱਕ ਦੌਰ ਆਇਆ ਵੀ ਕਲਾਕਾਰ ਪ੍ਰੋਡਿਊਸਰ ਦੇ ਨਾਲ ਬੌਂਡ ਹੋਣ ਲੱਗ ਗਏ ਜੀ। ਪਹਿਲਾਂ ਹੁੰਦਾ ਸੀਗਾ ਵੀ ਕਿਸੇ ਉਸਤਾਦ ਨੇ ਆਪਦੇ ਚੇਲੇ ਨਾਲ ਗੰਢਬੰਦੀ ਕਰ ਲਈ ਤਾਂ ਲੰਮਾ ਸਮਾਂ ਚੱਲੀ ਜਾਂਦਾ ਸੀਗਾ, ਬਿਲਕੁਲ। ਹੁਣ ਬੌਂਡ ਇੱਕ ਸ਼ਬਦ ਇਹੋ ਜਿਹਾ ਆ ਗਿਆ ਜਿਹਦੇ 'ਚ ਉਦੋਂ ਬਾਅਦ ਸ਼ਿਕਵੇ ਬਹੁਤ ਹੋਣ ਲੱਗ ਗਏ, ਕੇਸ ਹੋਣ ਲੱਗ ਗਏ, ਪੁਰਾਣੇ ਕੇਸਾਂ ਨੂੰ ਜੇ ਹੱਥ ਮਾਰ ਲਈਆਂ ਐਂ ਲੱਗਦਾ ਅਗਲਾ ਕਹਿੰਦਾ ਯਾਰ ਵੀ ਮੇਰਾ ਖਹਿੜਾ ਨਹੀਂ ਛੱਡਦੇ ਹੁਣ ਪ੍ਰੋਡਿਊਸਰ ਜੀ। ਹੋਇਆ ਕਦੇ ਐਂ? ਨਹੀਂ, ਮੇਰੇ ਨਾਲ ਇੱਦਾਂ ਨਹੀਂ ਮੈਂ ਕਹਿ ਸਕਦਾ, ਕਿਉਂਕਿ ਮੈਂ ਵੀ ਕਿਸੇ ਨਾਲ ਬੌਂਡ ਸੀਗਾ ਜੀ। ਸੋ ਮੇਰਾ ਮਸਲਾ ਭਰਾ ਹੀ ਹੈ ਜੀ ਮੇਰੇ, ਅੱਜ ਵੀ ਵਰਤਦੇ ਹਾਂ ਅਸੀਂ, ਬਹੁਤ ਵਧੀਆ ਵਰਤਦੇ ਹਾਂ। ਸੋ ਸਾਡੇ ਨਾਲ ਕੋਈ ਐਸੀ ਗੱਲ ਨਹੀਂ ਹੈ, ਬਟ ਹਾਂ ਆਪਾਂ ਮੋਸਟਲੀ ਸੁਣਦੇ ਹਾਂ। ਇਹਦੇ ਵਿੱਚ ਗੱਲ ਇਹ ਹੈ ਜਸਪ੍ਰੀਤ ਜੀ ਕਿ ਇੱਕ ਪਰਿਵਾਰ ਹੈ, ਪਰਿਵਾਰ ਜਦੋਂ ਜੁੜਦਾ ਜੁੜਦਾ ਜੁੜ ਜਾਂਦਾ, ਟੁੱਟਦਾ ਟੁੱਟ ਜਾਂਦਾ। ਇਹ ਮਸਲੇ ਦੋਨੇ ਪਰਿਵਾਰਾਂ ਦੇ ਵਿੱਚ ਹੀ ਹੁੰਦੇ ਆ, ਕੋਈ ਇਹਦੇ ਵਿੱਚ ਇਹ ਨਹੀਂ ਹੈ ਇਕੱਲੀ ਗਲਤੀ ਕਲਾਕਾਰ ਦੀ ਵੀ ਨਹੀਂ ਅਤੇ ਇਕੱਲੀ ਗਲਤੀ ਪ੍ਰੋਡਿਊਸਰਾਂ ਦੀ ਵੀ ਨਹੀਂ। ਉਹਦੇ ਵਿੱਚ ਕੀ ਹੁੰਦਾ, ਜਦੋਂ ਤੁਹਾਡੀ ਨਹੀਂ ਬਣਦੀ, ਮਤਲਬ ਤੁਹਾਡੀ ਕਿਸੇ ਗੱਲ ਤੋਂ ਨੋਕਾ ਚੋਕੀ ਹੋ ਗਈ ਜਾਂ ਕੋਈ, ਕਿਉਂਕਿ ਹੁਣ ਸਬਰ ਬਹੁਤ ਘੱਟ ਹੈ। ਸਬਰ ਕਿਉਂ ਘੱਟ ਹੈ? ਜਿਵੇਂ ਪ੍ਰੋਡਿਊਸਿੰਗ ਜਿਹੜੇ ਹੁੰਦੇ ਪ੍ਰੋਡਿਊਸਰ ਨੇ ਜੋ ਆਪਣੇ 'ਤੇ ਇਨਵੈਸਟ ਕਰਦੇ ਹੈ, ਉਹ ਅੱਜ ਕੱਲ੍ਹ ਬਹੁਤ ਜ਼ਿਆਦਾ। ਜਿਵੇਂ ਪਹਿਲਾਂ ਆਪਾਂ ਦੇਖਦੇ ਸੀ ਕਿ ਪ੍ਰੋਡਿਊਸਰਸ ਬਹੁਤ ਘੱਟ ਹੁੰਦੇ ਸੀ, ਗਿਣਵੇਂ ਚੁਣਵੇਂ ਨਾਮ ਸੀ, ਅੱਜ ਕੱਲ੍ਹ ਬਹੁਤ ਵਧੀਆ ਗੱਲ ਹੈ, ਬਹੁਤ ਜ਼ਿਆਦਾ ਗਰੋ ਕਰ ਰਹੀ ਹੈ ਸਾਡੀ ਇੰਡਸਟਰੀ, ਚੰਗੀ ਗੱਲ ਵੀ ਹੈ। ਬਟ ਉਸ ਚੀਜ਼ ਦੀ ਆੜ ਦੇ ਵਿੱਚ ਕਈ ਇਨਮੈਚੋਰ ਲੋਕ ਵੀ ਆ ਰਹੇ ਨੇ, ਜਿਹਦੇ ਕਰਕੇ ਮੇਰੇ ਵਰਗੇ ਜਾਂ ਹੋਰ ਬਹੁਤ ਆਪਾਂ ਰੋਜ਼ ਹੀ ਸੁਣਦੇ ਹਾਂ ਕੁਛ ਨਾ ਕੁਛ, ਬੜੇ ਜਣਿਆਂ ਨੂੰ ਦਿੱਕਤ ਆਉਂਦੀ ਹੈ। ਸੋ ਇਹ ਮਸਲਾ ਤਾਂ ਹੈਗਾ ਜੀ। ਤੁਹਾਨੂੰ ਆਈਆਂ ਦਿੱਕਤਾਂ? ਮੈਨੂੰ ਆਈਆਂ ਜੀ, ਬਿਲਕੁਲ ਆਈਆਂ, ਥੋੜ੍ਹੀਆਂ ਬਹੁਤੀਆਂ ਤਾਂ ਆਈਆਂ। ਕੀ ਲੱਗਦਾ, ਕਹਿੰਦੇ ਵੀ ਪੈਰ ਨਹੀਂ ਲੱਗਣ ਦਿੰਦੇ ਇੰਡਸਟਰੀ 'ਚ, ਇਹੋ ਜਿਹੇ ਕਿਹੜੇ ਬੰਦੇ ਨੇ ਜਿਹੜੇ ਨਵੇਂ ਬੰਦੇ ਦੇ ਪੈਰ ਨਹੀਂ ਲੱਗਣ ਦਿੰਦੇ? ਤੁਸੀਂ ਤਾਂ ਫਿਰ ਵੀ 15-16 ਸਾਲ ਦਾ ਤਜਰਬਾ, ਚੰਗੀ ਗਾਇਕੀ ਹੈ ਅਤੇ ਪੈਰ ਤੁਹਾਡੇ ਵੀ ਨਹੀਂ ਲੱਗੇ? ਪੈਰ ਲੱਗਣ ਦੇ ਵਿੱਚ ਇਹ ਹੈ ਜੀ, ਇਹ ਇੰਡਸਟਰੀ ਇਹ ਜੀ, ਇਹ 'ਚ ਤੁਹਾਡਾ ਗਰੁੱਪ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਜੀ। ਇਹ ਜਿਹੜੀ ਕਲਾਕਾਰੀ ਹੈ, ਇਹਦੇ ਵਿੱਚ ਤੁਹਾਡਾ ਇਕੱਲੇ ਦਾ ਇੱਥੇ ਕੁਛ ਵੀ ਨਹੀਂ ਹੈ। ਜੇ ਤੁਹਾਡੇ ਕੋਲ ਚੰਗੀ ਟੀਮ ਹੈ, ਚੰਗੇ ਤੁਹਾਡੇ ਲੋਕ ਨਾਲ ਨੇ, ਤਾਂ ਤੁਸੀਂ ਸਰਵਾਈਵ ਕਰ ਸਕਦੇ ਹੋ, ਅਦਰਵਾਈਜ਼ ਜਸਪ੍ਰੀਤ ਜੀ ਬਹੁਤ ਜ਼ਿਆਦਾ ਔਖਾ ਹੈ। ਗਾਣੇ ਵੀ ਚੂਜ਼ ਕਰਨ 'ਚ ਕਦੇ ਬੰਦੇ ਨੂੰ ਐਂ ਦਿੱਕਤਾਂ ਆ ਜਾਂਦੀਆਂ ਨੇ ਵੀ ਯਾਰ ਵੀ ਹੋ ਸਕਦਾ ਵੀ ਮੈਂ ਆਹ ਜੋਨਲ ਦਾ ਬੰਦਾ ਸੀ, ਮੈਨੂੰ ਪ੍ਰੋਡਿਊਸਰ ਨੇ ਇਹੋ ਜਿਹੇ ਗਾਣੇ ਗਵਾ ਦਿੱਤੇ? ਉਹ ਤਾਂ ਹੁੰਦਾ ਹੀ ਹੈ ਜੀ, ਇਹ ਚੀਜ਼ ਤਾਂ, ਕਿਉਂ ਲਗਾਮ ਪ੍ਰੋਡਿਊਸਰ ਦੇ ਹੱਥ 'ਚ ਆ ਸਾਰੀ, ਬਿਲਕੁਲ ਹੁੰਦੀ ਹੈ ਜੀ। ਕਿਉਂਕਿ ਇਹ ਨਾ ਜੋ ਦੇਖੋ ਉਸ ਬੰਦੇ ਨੇ ਪੈਸਾ ਲਾਉਣਾ, ਸੋ ਪੈਸੇ ਲਾਉਣ ਵਾਲੇ ਬੰਦੇ ਦਾ ਦਿਮਾਗ ਵੱਧ ਹੁੰਦਾ ਜੀ, ਗਾਉਣ ਵਾਲੇ ਦਾ ਘੱਟ ਹੁੰਦਾ, ਤੋ ਸਮਝਦਾਰ ਹੋ ਤੁਸੀਂ। ਸੋ ਇਹ ਚੀਜ਼ਾਂ ਤਾਂ ਹੈਗੀਆਂ ਜੀ। ਉਹਦੇ ਵਿੱਚ ਕੀ ਹੈ ਕਿ ਜੋ ਤੁਸੀਂ ਟਰੱਸਟ ਕਰਦੇ ਹੋ, ਜਿਵੇਂ ਮੇਰਾ ਗਾਣਾ ਜੱਟਵਾਦ ਆਇਆ ਸੀਗਾ ਜੀ, ਜੋ ਬਹੁਤ ਲੋਕਾਂ ਨੇ ਜਿਹਨੂੰ ਪਿਆਰ ਦਿੱਤਾ, ਉਹ ਸਾਡੇ ਵੀਰ ਹੋਣੀ ਹੈ ਜਿਨ੍ਹਾਂ ਨੇ ਸਾਰੀ ਟੀਮ ਨੇ ਅਸੀਂ ਉਹ 'ਤੇ ਵਰਕਆਊਟ ਕੀਤਾ ਅਤੇ ਉਹਦਾ ਸਾਨੂੰ ਬੇਸ਼ੁਮਾਰ ਸਾਨੂੰ ਪਿਆਰ ਮਿਲਿਆ ਜੀ। ਪਰ ਇਹ ਪ੍ਰੋਡਿਊਸਰ ਦਾ ਅਤੇ ਕਲਾਕਾਰ ਦਾ ਪਹਿਲਾ ਸਾਕ ਹੁੰਦਾ ਜਦੋਂ ਸ਼ੁਰੂ ਹੁੰਦਾ, ਫਿਰ ਬਹੁਤ ਕਹਿੰਦੇ ਨੇ ਵੀ ਮੇਰੇ ਬਾਈ ਜੀ ਐਂ ਕਰੀ ਜਾਂਦੇ ਨੇ, ਮੇਰੇ ਬਾਈ ਜੀ ਐਂ ਕਰੀ, ਉਹੀ ਬਾਈ ਜੀ ਦੇ ਫਿਰ ਪਰਚੇ ਹੋਣ ਲੱਗ ਜਾਂਦੇ, ਫਿਰ ਕਹਿੰਦੇ ਨੇ ਵੀ ਆਹ ਬਾਈ ਜੀ ਨੇ ਮੇਰੇ ਨਾਲ ਕੀਤਾ ਧੱਕਾ, ਇਹ ਬਾਈ ਮੇਰਾ ਖਿਹੜਾ ਨਹੀਂ ਛੱਡਦਾ। ਉਹ ਫਿਰ ਇੱਦਾਂ ਹੁੰਦੇ ਜਦੋਂ ਤੁਸੀਂ ਕਹਿੰਦੇ ਫ੍ਰਿਕਸ਼ਨ ਆ ਜਾਂਦੀ ਹੈ ਜੀ, ਉਹ ਗੱਲ ਫਿਰ ਹੋਂਦ 'ਤੇ ਆ ਜਾਂਦੀ ਹੈ। ਹੋਂਦ 'ਤੇ ਕਿਵੇਂ ਆ ਜਾਂਦੀ ਆ? ਉਹ ਦੋਨੀਆਂ ਧਿੜਾਂ ਜਿਹੜੀਆਂ ਹੁੰਦੀਆਂ ਉਹ ਵੱਡੀਆਂ ਬਣ ਜਾਂਦੀਆਂ। ਉਹ ਕਿਉਂ? ਜਦੋਂ ਤਾਂ ਇਕੱਠੇ ਖਾਂਦੇ ਪੀਂਦੇ ਆ, ਇਕੱਠੇ ਕੰਮ ਚੱਲਦਾ, ਇਕੱਠੇ ਸਭ ਕੁਛ ਵਧੀਆ ਹੁੰਦਾ, ਉਦੋਂ ਸਾਰਾ ਕੁਛ ਵਧੀਆ। ਪਰ ਪ੍ਰੋਡਿਊਸਰ ਇਹ ਪਹਿਲਾਂ ਕਹਿ ਦਿੰਦੇ ਨੇ, ਕਹਿੰਦੇ ਵੀ ਪਹਿਲਾਂ ਇਹਨੂੰ ਕੋਈ ਪੁੱਛਦਾ ਨਹੀਂ ਸੀ, ਹੁਣ ਜਦੋਂ ਮੈਂ ਬਾਂਹ ਫੜ ਲਈ ਤਾਂ ਹੁਣ ਹੱਕ ਪਤਾ ਲੱਗਣ ਲੱਗ ਗਏ। ਨਹੀਂ ਬਿਲਕੁਲ ਜੀ, ਕਈ ਪ੍ਰੋਬਲਮ ਆਉਂਦੀਆਂ ਇੱਦਾਂ ਦੀਆਂ, ਐਵੇਂ ਕਹੀਏ ਜੀ, ਕਿਉਂਕਿ ਸ਼ੋਹਰਤ ਇੱਕ ਇਹੋ ਜਿਹੀ ਚੀਜ਼ ਹੈ ਜੀ, ਇੱਕ ਵਾਰ ਬੰਦੇ ਦਾ ਦਿਮਾਗ ਜ਼ਰੂਰ ਖਰਾਬ ਕਰਦੀ ਹੈ, ਕਿਉਂਕਿ ਸ਼ੋਹਰਤ ਨੂੰ ਪਹੁੰਚਾਉਣਾ ਬਹੁਤ ਮਤਲਬ ਵੱਡਾ ਮਾਜਨਾ
ਤੁਸੀਂ ਕਹਿ ਸਕਦੇ ਹੋ ਚਾਹੀਦਾ ਜੀ। ਇੱਕ ਵਾਰ ਤਾਂ ਜ਼ਰੂਰ ਹੁੰਦਾ ਜੀ, ਮੈਂ ਝੂਠ ਨਹੀਂ ਬੋਲਣਾ ਚਾਹੁੰਦਾ। ਹਜ਼ਮ ਨਹੀਂ ਹੁੰਦੀ ਕਿੰਨੀ? ਨਹੀਂ ਹੁੰਦੀ, ਕਿਉਂਕਿ ਤੁਸੀਂ ਦੇਖੋ ਹੁਣ ਮੈਨੂੰ ਇੰਨਾ ਟਾਈਮ ਹੋ ਗਿਆ ਸਟਰਗਲ ਕਰਦੇ ਨੂੰ, ਮੇਰਾ ਇੱਕੋ ਦਮ ਹੀ ਗਾਣਾ ਹਿੱਟ ਹੋ ਗਿਆ, ਇੱਕੋ ਦਮ ਹੀ ਸ਼ੋਅਜ਼ ਚੱਲ ਪਏ, ਸਭ ਕੁਛ ਹੋ ਗਿਆ, ਮਤਲਬ ਉਹ ਅਨਐਕਸਪੈਕਟਡ ਚੀਜ਼ਾਂ ਨੇ ਜੀ ਉਹ। ਤੁਸੀਂ ਮਤਲਬ ਹਰ ਇੱਕ ਬੰਦਾ ਚੜ੍ਹਤ ਹਰ ਬੰਦਾ ਚਾਹੁੰਦਾ, ਪਰ ਜੋ ਚੜ੍ਹਤ ਤੋਂ ਬਾਅਦ ਜਿਹੜੀਆਂ ਚੀਜ਼ਾਂ ਨੇ ਉਹ ਅਸਲ ਨੇ, ਜੋ ਕਿ ਸਾਨੂੰ ਪਤਾ ਹੀ ਨਹੀਂ ਹੁੰਦੀਆਂ, ਉਹ ਆਪਾਂ ਗਲਤ ਸੁਣਦੇ ਤਾਂ ਹੈ ਜਾਂ ਰਾਹ ਪੈ ਜਾਣੀ ਹੈ ਵਾਹ ਪੈ ਜਾਣੀ ਹੈ। ਉਹਦੇ ਵਿੱਚ ਕੀ ਹੈ ਕਿ ਜੇ ਤੁਹਾਡੇ ਧਿਰਾਂ ਦੇ ਵਿੱਚ ਸਬਰ ਆ, ਮਤਲਬ ਤੁਸੀਂ ਦੋਨੇ ਧਿਰਾਂ ਦੇ ਵਿੱਚ ਸਹਿਮਤੀ ਹੈ, ਬਹੁਤ ਵਧੀਆ ਬਾਉਂਡਿੰਗ ਹੈ, ਮਤਲਬ ਆਪਾਂ ਦੋਨੋਂ ਆ ਆਪਣੀ ਬਹੁਤ ਵਧੀਆ ਬਾਉਂਡਿੰਗ ਹੈ, ਤਾਂ ਉਹ ਵਧੀਆ ਚੱਲੂ। ਜੇ ਤੁਹਾਨੂੰ ਲੱਗਿਆ ਕਿ ਯਾਰ ਨਹੀਂ ਯਾਰ ਮੈਂ ਇਹਨੂੰ ਚਲਾਇਆ ਅਤੇ ਮੈਨੂੰ ਇਹ ਲੱਗੇ ਕਿ ਨਹੀਂ ਯਾਰ ਇਹ ਮੈਨੂੰ ਹੁਣ ਖਾਣ ਲੱਗ ਗਈ, ਸੋ ਇਹ ਚੀਜ਼ ਤਾਂ ਦੇਖੋ ਫਿਰ ਉਹ ਉੱਥੇ ਫ੍ਰਿਕਸ਼ਨ ਪੈਦਾ ਹੋਇਆ। ਜਦੋਂ ਸ਼ੋਅ ਲੱਗਦੇ ਆ ਫਿਰ ਬੰਦੇ ਦੇ ਅੰਦਰ ਇੱਕ ਹੀ ਤਾਂ ਬੰਦਾ ਰਸੂਖਦਾਰ ਜਿਹਾ ਬਣਦਾ, ਫਿਰ ਜਦੋਂ ਡਾਊਨਫਾਲ ਆਉਂਦਾ ਫਿਰ ਕੀ ਮਹਿਸੂਸ ਹੁੰਦਾ ਬੰਦੇ? ਨੈਗੇਟਿਵਿਟੀ ਆਉਂਦੀ ਹੈ ਜੀ ਬਹੁਤ ਜ਼ਿਆਦਾ, ਮਤਲਬ ਜੋ ਚੀਜ਼ ਅਸੀਂ ਸੋਚਣੀਆਂ ਨਹੀਂ ਕਦੇ ਸੋਚੀਆਂ ਵੀ ਨਹੀਂ ਹੁੰਦੀਆਂ ਉਹ ਬਹੁਤ ਤੰਗ ਕਰਦੀਆਂ ਜੀ ਉਹ ਨਿੱਜੀ ਤੌਰ 'ਤੇ। ਮੈਂ ਤੁਹਾਨੂੰ ਆਪਣਾ ਤਜਰਬਾ ਦੱਸਣਾ ਚਾਹੂੰਗਾ, ਬਹੁਤ ਕੁਛ ਚੱਲਣਾ ਜੀ, ਬਹੁਤ ਜ਼ਿਆਦਾ ਕੁਛ, ਮਤਲਬ ਤੁਸੀਂ ਜਸਪ੍ਰੀਤ ਜੀ ਤੁਸੀਂ ਸੋਚ ਵੀ ਨਹੀਂ ਸਕਦੇ, ਮਤਲਬ ਮੈਂ ਅੱਜ ਦੇ ਟਾਈਮ ਦੇ ਵਿੱਚ ਇੱਕ ਗੁਰੂ ਮਹਾਰਾਜ ਵੀ ਸਭ ਨੂੰ ਤੰਦਰੁਸਤੀਆਂ ਅਤੇ ਸਭ ਦੀ ਚੜ੍ਹਤ ਕਾਇਮ ਰੱਖੇ, ਇਹ ਮੇਰੀ ਦਿਲੋਂ ਅਰਦਾਸ ਹੈ। ਸੋ ਇਹ ਚੀਜ਼ਾਂ ਚੱਲਦੀਆਂ ਜੀ, ਪਰ ਉਹ ਚੀਜ਼ ਆਪਾਂ ਬੋਲ ਕੇ ਦੱਸ ਨਹੀਂ ਸਕਦੇ। ਕਿਹੜਾ ਤਾਂ ਸਿਡਨੀ 'ਚ ਸ਼ੋਅ ਲੱਗੇ, ਉਸ ਤੋਂ ਬਾਅਦ ਫਿਰ ਨੈਗੇਟਿਵਿਟੀ ਕਾਹਦੀ ਰਹਿ ਗਈ? ਕਰੋਨਾ ਆ ਗਿਆ ਜੀ, ਕਰੋਨਾ ਨੇ ਬਹੁਤ ਪਿਆਰ ਵਧਾਤਾ, ਕਰੋਨਾ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਜੀ, ਬਹੁਤ ਜ਼ਿਆਦਾ। ਫਿਰ ਉਦੋਂ ਬਾਅਦ ਨਹੀਂ ਉੱਠਿਆ ਗਿਆ? ਨਹੀਂ ਉੱਠਿਆ ਗਿਆ ਜੀ, ਹੌਸਲਾ ਨਹੀਂ ਪਿਆ ਤੁਹਾਨੂੰ ਸਹੀ ਦੱਸਾਂ, ਕਿਉਂਕਿ ਇਹਦੇ ਵਿੱਚ ਹੌਸਲਾ ਤੁਸੀਂ ਕਰੋਗੇ, ਜਿਵੇਂ ਕਹਿੰਦੇ ਆ ਵੀ ਇੱਕ ਪਿੰਡ ਦੇ ਵਿੱਚ ਆਪਾਂ, ਜੇ ਪਿੰਡ ਦੇ ਵਿੱਚ ਇੱਕ ਵਾਰੀ ਬਾਹਰ ਹੋ ਗਏ ਫਿਰ ਪਿੰਡ 'ਚ ਵੜਨਾ ਬਹੁਤ ਔਖਾ, ਉਵੇਂ ਸੇਮ ਇਹ ਹੈ ਜੀ। ਤੁਸੀਂ ਇੱਕ ਹਿੱਟ, ਤੁਹਾਨੂੰ ਹਿੱਟ ਦੇਣਾ ਸੌਖਾ ਹੈ, ਇੱਕ ਹਿੱਟ ਗਾਣਾ ਕਰਨਾ ਸੌਖਾ ਹੈ, ਪਰ ਹਿੱਟ ਰਹਿਣਾ ਬਹੁਤ ਔਖਾ। ਤੁਹਾਡੇ ਸ਼ੋਅਜ਼ ਹੈ, ਸਾਰਾ ਕੁਛ ਹੈ, ਉਹ ਤਾਂ ਹੀ ਤੁਹਾਨੂੰ ਚੀਜ਼ਾਂ ਮਿਲਣਗੀਆਂ ਜੇ ਤੁਹਾਡਾ ਇੱਕ ਤੋਂ ਇੱਕ ਬਾਅਦ। ਅੱਜ ਕੱਲ੍ਹ ਤਾਂ ਕੰਮ ਹੀ ਬੜਾ ਉਹ ਹੋ ਗਿਆ ਜੀ, ਪਹਿਲਾਂ ਗਾਣੇ ਤੁਸੀਂ ਦੇਖੋ ਆਪਾਂ ਸੁਣਦੇ ਸੀ ਆਪਾਂ ਨੂੰ ਪੂਰਾ ਪੂਰਾ ਗਾਣਾ ਯਾਦ ਹੁੰਦਾ ਸੀ, ਅੱਜ ਤੁਸੀਂ ਮੈਨੂੰ ਦੱਸੋ ਕਿਹਨੂੰ ਗਾਣਾ ਪੂਰਾ ਯਾਦ ਹੁੰਦਾ? ਹਰੇਕ ਕਲਾਕਾਰ ਡੈਰੀ ਖੋਲ੍ਹਦਾ, ਡੈਰੀ ਖੋਲ੍ਹਦਾ। ਫਿਰ ਤੁਸੀਂ ਇਹ ਦੇਖੋ ਜਿਹਨਾਂ ਨੂੰ ਅਸੀਂ ਸੁਣਦੇ ਸੀ ਸਾਨੂੰ ਉਹਨਾਂ ਦੀ ਟੇਪਾਂ ਦਾ ਇਕੱਲਾ ਇਕੱਲਾ ਟੱਪਾ ਯਾਦ ਹੁੰਦਾ ਸੀ, ਕਿਉਂਕਿ ਅਸੀਂ ਸੁਣਦੇ ਸੀ, ਉਹ ਬਾਕੀ ਸੁਣਦੇ ਸੀ ਅਸੀਂ। ਹੁਣ ਇੰਨਾ ਟਾਈਮ ਹੀ ਨਹੀਂ, ਅਸੀਂ ਰਫ਼ਤਾਰ ਹੀ ਇੰਨੀ ਵਧਾ ਲਈ ਆਪਣੀ, ਤੁਸੀਂ ਹਫ਼ਤਾ ਦੇਖ ਲਓ, ਹਫ਼ਤੇ ਬਾਅਦ ਤੁਹਾਨੂੰ ਗਾਣੇ ਦਾ ਨਹੀਂ ਪਤਾ ਹੁੰਦਾ ਗਾਣਾ ਕਿੱਥੇ ਹੈ। ਟੇਸਟ ਬਦਲਦੇ ਲੋਕਾਂ ਦੇ, ਟੇਸਟ ਬਦਲ ਜਾਂਦੇ ਆ ਜੀ। ਬਾਕੀ ਮੈਂ ਇਹ ਕਹਿੰਦਾ ਜੀ ਇਹ ਪੰਜਾਬੀ ਇੰਡਸਟਰੀ ਇਹ ਜੀ ਹੈ ਜਿੱਥੇ ਹਰ ਇੱਕ ਚੀਜ਼ ਦਾ ਸਰੋਤ ਹੈ, ਮਤਲਬ ਤੁਹਾਨੂੰ ਹਰ ਟੇਸਟ ਦੇ ਵਿੱਚ ਤੁਹਾਨੂੰ ਸਰੋਤਾਂ ਮਿਲੂਗਾ। ਤੁਸੀਂ ਇਹ ਨਹੀਂ ਕਹਿ ਸਕਦੇ ਜੇ ਅੱਜ ਰੈਮੀ ਰਮਾਣਾ ਹਿਪ ਹੋਪ ਗਾਉਂਦਾ ਤਾਂ ਰੈਮੀ ਰਮਾਣੇ ਦਾ ਵੀ ਇਕੱਲਾ ਮੈਂ ਵਿਲੱਖਣ ਹੀ ਗਾਉਣਾ, ਜੇ ਰੈਮੀ ਰਮਾਣਾ ਫੋਕ ਗਾਉਂਦਾ ਰੈਮੀ ਰਮਾਣਾ ਸਾਈਡ ਤੋਂ, ਮਤਲਬ ਸਾਡੀ ਪੰਜਾਬੀ ਜਿਹੜੀ ਸਾਡੀ ਆਡੀਅੰਸ ਹੈ ਇੰਨੀ ਸਤਿਕਾਰਯੋਗ ਇੰਨੀ ਉਹ ਹੈ, ਇਹ ਸਭ ਨੂੰ ਪਿਆਰ ਦਿੰਦੇ। ਰੈਮੀ ਨੇ ਗਾਣਾ ਪੈਸੇ ਵਾਸਤੇ ਸ਼ੁਰੂ ਕੀਤਾ ਸੀ ਕਿ ਰੂਹ ਦੀ ਖੁਰਾਕ ਵਾਸਤੇ? ਦੇਖੋ ਪੈਸਾ ਵੀ ਜ਼ਰੂਰੀ ਹੈ, ਮੈਂ ਐਵੇਂ ਝੂਠ ਮਾਰਾਂ, ਕਿਉਂਕਿ ਜੇ ਮੈਂ ਸਟੇਜ 'ਤੇ ਗਾਈ ਜਾਂਦਾ ਹੋਵਾਂ ਅਤੇ ਘਰ ਜਾ ਕੇ ਮੈਨੂੰ ਟੈਨਸ਼ਨ ਹੋਵੇ ਵੀ ਯਾਰ ਘਰ ਆਹ ਚੀਜ਼ ਪਈ ਆਹ ਕਰਨ ਵਾਲੀ ਪਈ ਉਹ ਪਈ ਆ, ਉਹ ਤਾਂ ਦੇਖੋ ਬਿਲਕੁਲ ਝੂਠ ਹੈ। ਪਰ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਚਾਹੁੰਦਾ ਜਸਪ੍ਰੀਤ ਜੀ, ਮੈਨੂੰ ਗਾਉਣ ਦਾ ਜਨੂੰਨ ਹੈ ਅੰਦਰੋਂ, ਜਿਹਨੂੰ ਕਹਿੰਦੇ ਨਾ ਵੀ ਘਰੋੜ ਉੱਠਦੇ ਆ ਅੰਦਰੋਂ ਵੀ ਯਾਰ ਮੈਨੂੰ ਯਾਰ ਸਾਹਮਣੇ 100 ਬੰਦਾ ਖੜਾ ਹੋਵੇ ਅਤੇ ਮੈਂ ਗਾਉਣਾ ਹੋਵੇ, ਮੇਰੇ ਹੱਥ 'ਚ ਮਾਈਕ ਹੋਵੇ, ਮਤਲਬ ਇਹ ਮੇਰੇ ਢਿੱਡ ਦੇ ਵਾਲ ਨੇ। ਪਰ ਤੁਸੀਂ ਦੇਖੋ ਕਬੀਲਦਾਰੀਆਂ ਨੇ ਅੱਜ ਕੱਲ੍ਹ, ਸਾਰਾ ਕੁਛ ਹੈ,
ਉਮਰ ਦੇ ਨਾਲ ਤੁਹਾਡਾ ਪਰਿਵਾਰ ਹੈ, ਸਰਕਲ ਬਦਲਦਾ, ਸਰਕਲ ਬਦਲਦਾ। ਇੱਕ ਸਮਾਂ ਹੁੰਦਾ ਜਦੋਂ ਤੁਸੀਂ 20-21 ਸਾਲਾਂ ਦੇ ਹੁੰਦੇ ਹੋ, ਉਦੋਂ ਤੁਹਾਨੂੰ ਕੋਈ ਯਾਦ ਨਹੀਂ ਹੁੰਦਾ, ਨਾ ਤੁਹਾਨੂੰ ਮਾਂ ਪਿਓ ਦਾ ਬਾਹਲਾ ਹੁੰਦਾ। ਹਾਂ, ਇਹ ਜ਼ਰੂਰ ਹੁੰਦਾ ਮਾਂ ਪਿਓ ਬਸ ਤੁਸੀਂ ਕਰਨਾ ਚਾਹੁੰਦੇ ਹੁੰਦੇ ਹੋ, ਪਰ ਤੁਹਾਨੂੰ ਉਹ ਸਹੀ ਚੀਜ਼ਾਂ ਨਹੀਂ ਮਿਲਦੀਆਂ। ਇਕੱਲੇ ਬਹਿ ਕੇ ਗਾਣਾ ਗਾਇਆ ਵਾਧੂ ਵਾਲੀ, ਕਿਹੜਾ ਗਾਣਾ ਬਾਹਲਾ ਗਾਉਂਦਾ? ਮੈਂ ਬਹੁਤ ਗਾਣੇ ਗਾ ਲਿਆ ਸਾਡੇ ਦਰਸ਼ਕਾਂ ਨੂੰ, ਇੱਕ ਅੱਧਾ ਗਾਣਾ ਮੇਰੇ ਨੇ ਇੱਕ ਬੜਾ ਜੋ ਮੈਂ ਅੱਜ ਕੱਲ੍ਹ ਬਹੁਤ ਜ਼ਿਆਦਾ ਗਾ ਰਿਹਾ, ਮੇਰੇ ਉਸਤਾਦ ਜੀ ਸ਼੍ਰੀ ਬਲਦੀਪ ਬੱਲੀ ਜੀ, ਉਹਨਾਂ ਦਾ ਲਿਖਿਆ ਹੋਇਆ ਗੀਤ ਅਸੀਂ ਬਹੁਤ ਛੇਤੀ ਰਿਲੀਜ਼ ਵੀ ਕਰ ਰਹੇ ਹਾਂ। ਉਹਨਾਂ ਜਿਹੜੇ ਬਾਹਰ ਰਹਿੰਦੇ ਨੇ ਆਪਣੇ, ਜੋ ਪਰਦੇਸੀ ਭਰਾ ਨੇ, ਭੈਣਾਂ ਨੇ, ਜਿਨ੍ਹਾਂ ਨੇ ਕਮਾਈਆਂ ਕਰ ਲਈਆਂ, ਪਰ ਹੁਣ ਤਾਂ ਬਹੁਤ ਸੌਖਾ ਹੋ ਗਿਆ ਜਸਪ੍ਰੀਤ ਜੀ, ਹੁਣ ਤਾਂ ਤੁਸੀਂ ਆਪਦੇ ਮਦਰ ਨੂੰ ਯਾਦ ਕਰਨਾ, ਵਟਸਐਪ ਕਾਲ ਕਰ ਲਓ, ਵੀਡੀਓ ਕਾਲ ਕਰ ਲਓ, ਤੁਸੀਂ ਆਪਦੇ ਪੇਰੈਂਟਸ ਨਾਲ ਕਦੇ ਵੀ ਗੱਲ ਕਰ ਸਕਦੇ ਹੋ। ਮਤਲਬ ਉਦੋਂ ਸਮੇਂ, ਅਸੀਂ ਉਸ ਸਮੇਂ ਦੀ ਉਸਤਾਦ ਜੀ ਨੇ ਗੱਲ ਲਿਖੀ ਹੈ, ਜਦੋਂ ਬੰਦਾ ਸਾਰੀ ਉਮਰ ਦੀ ਕਮਾਈ ਕਰਕੇ ਜਦੋਂ ਪਿੰਡ ਵਾਪਸ ਆਉਂਦਾ ਸੀ ਉਦੋਂ ਕੋਈ ਹੁੰਦਾ ਨਹੀਂ ਸੀ। ਮਤਲਬ ਜਿਹਨਾਂ ਵਾਸਤੇ ਕਮਾਈ ਕੀਤੀ, ਜਿਹਨਾਂ ਨੂੰ ਸੌਖੇ ਰੱਖਣ ਵਾਸਤੇ ਕਮਾਈ ਕੀਤੀ, ਉਹ ਬੰਦੇ ਤੁਰ ਜਾਂਦੇ ਸੀ ਉਦੋਂ ਨੂੰ। ਸੋ ਉਹਨਾਂ ਵਾਸਤੇ ਉਸਤਾਦ ਜੀ ਨੇ ਗਾਣਾ ਲਿਖਿਆ ਇੱਕ ਮੇਰਾ, ਬੰਦਾ ਆਪਣੀ ਮਾਂ ਦੇ ਨਾਲ ਗੱਲ ਕਰਦਾ, ਕਹਿੰਦਾ ਹੋ ਜਦ ਮੈਂ ਸੀ ਉਮਰ ਨਿਆਣੀ ਦਾ, ਕਦੇ ਰਾਜੇ ਦਾ ਕਦੇ ਰਾਣੀ ਦਾ, ਜਦ ਮੈਂ ਸੀ ਉਮਰ ਨਿਆਣੀ ਦਾ, ਕਦੇ ਰਾਜੇ ਦਾ ਕਦੇ ਰਾਣੀ ਦਾ, ਤੈਥੋਂ ਜੋ ਸੁਣ ਕੇ ਪੈਂਦਾ ਸੀ ਮੈਂ ਉਹੀ ਸੁਪਨੇ ਲੈਂਦਾ ਸੀ, ਤੈਥੋਂ ਜੋ ਸੁਣ ਕੇ ਪੈਂਦਾ ਸੀ ਮੈਂ ਉਹੀ ਸੁਪਨੇ ਲੈਂਦਾ ਸੀ, ਜਿਉਂ ਜੋ ਤੇਰੇ ਬੋਲ ਕੰਨਾਂ ਵਿੱਚੋਂ, ਜਿਉਂ ਜੋ ਤੇਰੇ ਬੋਲ ਕੰਨਾਂ ਵਿੱਚੋਂ ਪੈਣੋ ਹਟ ਗਏ ਨੇ, ਹੋ ਸੁਪਨੇ ਪੂਰੇ ਕਰਦੇ ਕਰਦੇ ਨੂੰ ਅੰਮੀਏ, ਤੇਰੇ ਲਾਲ ਨੂੰ ਸੁਪਨੇ ਹੀ ਆਉਣੋ ਹਟ ਗਏ ਨੇ, ਤੇਰੇ ਲਾਲ ਨੂੰ ਸੁਪਨੇ ਹੀ ਆਉਣੋ ਹਟ ਗਏ। ਇਹ ਮੈਂ ਬਹੁਤ ਜ਼ਿਆਦਾ ਗਾ ਰਿਹਾ ਸੀ, ਜਜ਼ਬਾਤੀ ਮਾਤਾ ਬਹੁਤ ਜਜ਼ਬਾਤੀ ਹੈ ਜੀ, ਕਿਤੇ ਨਾ ਕਿਤੇ ਤਾਂ ਹੀ ਧੋਖੇ ਵਾਲੇ ਖਾ ਗਏ। ਇਹ ਵੀ ਤੁਹਾਨੂੰ ਮੈਂ ਗੱਲ ਦੱਸਦਾ, ਹਾਂਜੀ ਹਾਂ, ਮਤਲਬ ਤੁਹਾਨੂੰ ਮੈਂ ਅੱਜ ਦੀ ਗੱਲ ਦੱਸਦਾ ਵੀ ਮੈਂ ਕਰਮ ਵਾਲਾ ਸਮਝਦਾ ਆਪਦੇ ਆਪ ਨੂੰ। ਮੈਂ ਜਦੋਂ ਆਉਣਾ ਸੀ ਮੈਂ ਕਿਹਾ ਜੀ ਮਾਤਾ ਮੇਰੀ ਐਂ ਕਰਕੇ ਇੰਟਰਵਿਊ, ਮੈਂ ਜਾਣਾ, ਮੈਂ ਪਹਿਲਾਂ ਕਿਹਾ, ਮੈਂ ਕਿਹਾ ਮਾਤਾ ਮੈਂ ਚੱਲਿਆ, ਅਤੇ ਮਾਤਾ ਮੈਨੂੰ ਭੱਜ ਕੇ ਪੈ ਗਏ, ਕਹਿੰਦੇ ਕਿੱਥੇ ਚੱਲੇ ਐਡੀ ਗਰਮੀ ਹੈ। ਮੈਂ ਕਿਹਾ ਮਾਤਾ ਮੈਂ ਇੰਟਰਵਿਊ ਕਰਨ ਚੱਲਿਆ, ਅੱਜ ਕੀ ਲੋੜ ਸੀ ਗਰਮੀ ਹੈ ਇੰਨੀ, ਮਤਲਬ ਉਹਨੂੰ ਫਿਕਰ। ਮੈਂ ਕਿਹਾ ਮਾਂ ਜੇ ਘਰੋਂ ਬਾਹਰ ਨਾ ਜਾਵਾਂਗੇ, ਨਹੀਂ ਉਹ ਤਾਂ ਠੀਕ ਹੈ ਪਰ ਇੰਨੀ ਗਰਮੀ ਹੈ, ਮਤਲਬ ਅਸੀਂ ਕਰਮ ਵਾਲੇ ਹਾਂ ਜੇ ਸਾਨੂੰ ਮਾਵਾਂ ਘਰੇ ਪੁੱਛਦੀਆਂ। ਐਂ ਕਦੇ ਸੋਚਿਆ ਜਦੋਂ ਜਦੋਂ ਇਸ ਲਾਈਨ 'ਚ ਆਏ ਸੀ? ਹਾਂਜੀ, ਬੰਦੇ ਨੇ ਪਰਸੈਪਸ਼ਨ ਤਿਆਰ ਕੀਤੀਆਂ ਹੁੰਦੀਆਂ ਵੀ ਯਾਰ ਵੀ ਐਂ ਬਣਾਂਗੇ, ਮਾਪਿਆਂ ਲਈ ਆਹ ਕੰਮ ਕਰਾਂਗੇ, ਅਤੇ ਹੁਣ ਕਦੇ ਐਂ ਜੇ ਮਹਿਸੂਸ ਹੁੰਦਾ ਵੀ ਯਾਰ ਵੀ ਖਰੇ ਨਹੀਂ ਉਤਰਿਆ? ਹੋ ਜਾਂਦਾ ਜੀ ਬਹੁਤ ਵਾਰੀ, ਹੁੰਦਾ ਹੁਣ ਤੁਹਾਨੂੰ ਸਹੀ ਦੱਸਾਂ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਦੌਰ ਬਿਮਾਰੀਆਂ ਦਾ, ਮਾਂ ਪਿਓ ਤੁਹਾਡੇ ਦਿਨੋਂ ਦਿਨ ਬਜ਼ੁਰਗ ਹੋ ਰਹੇ ਆ। ਪਹਿਲਾਂ ਬੰਦੇ, ਚਲੋ ਮੈਂ ਤਾਂ ਕਹਿੰਦਾ ਵੀ ਮਾਂ ਪਿਓ ਸਦਾ, ਸਭ ਦੇ ਮਾਂ ਪਿਓ ਤੰਦਰੁਸਤ ਰਹਿਣ ਜੀ, ਬਹੁਤ ਵਧੀਆ ਰਹਿਣ, ਅਤੇ ਹੁਣ ਕਦੇ ਕਦੇ ਹੋ ਜਾਂਦਾ, ਬਹੁਤ ਫੀਲ ਹੁੰਦਾ ਜੀ ਕਈ ਵਾਰੀ, ਕਿਉਂਕਿ ਤੁਸੀਂ ਜਦੋਂ ਇੱਕੋ ਚੀਜ਼ ਤੁਹਾਡਾ ਟਾਰਗੇਟ ਹੋਵੇ ਨਾ, ਅਤੇ ਤੁਹਾਡੇ ਮਾਂ ਪਿਓ ਨੂੰ ਪਤਾ ਹੋਵੇ ਵੀ ਇਹਨੇ ਆਹੀ ਕਰਨਾ, ਫਿਰ ਢਿੱਡ ਉਹਨਾਂ ਦਾ ਵੀ ਦੁਖਦਾ
ਵੀ ਯਾਰ ਇਹ ਮਿਹਨਤ ਕਰਦਾ, ਇਹ ਜਾਂਦਾ, ਇਹ ਭੱਜਿਆ ਉੱਧਰ ਜਾ ਵੜਦਾ, ਭੱਜ ਕੇ ਉੱਧਰੋਂ ਆ ਜਾਂਦਾ ਵੀ ਮੰਮੀ ਮੈਂ ਆਹ ਗਾਣਾ ਕਰਿਆ ਆ, ਪਾਪਾ ਮੈਂ ਆਹ ਗਾਣਾ ਕਰਿਆ, ਮੈਂ ਆਹ ਸਿਸਟਮ ਕਰਿਆ ਆ। ਸੋ ਉਹਨਾਂ ਨੂੰ ਵੀ ਲੱਗਦਾ ਫਿਰ ਥੋੜ੍ਹਾ ਜਿਹਾ ਆਪ ਨੂੰ ਵੀ ਮਨ ਜਿਹਾ ਹੁੰਦਾ ਵੀ ਗੁਰੂ ਮਹਾਰਾਜ ਜ਼ਰੂਰ ਸੁਣੇ। ਮੈਨੂੰ ਹਮੇਸ਼ਾ ਹੀ ਐਂ ਹੁੰਦਾ ਵੀ ਉਹਨਾਂ ਦੇ ਜਿੰਨਾ ਚਿਰ ਨੈਣ ਪ੍ਰਾਣ ਚੱਲਦੇ ਆ ਵੀ ਉਹਨਾਂ ਦੇ ਸਾਹਮਣੇ ਸਾਹਮਣੇ ਮੈਂ ਵੀ ਕੁਛ ਨਾ ਕੁਛ ਕਰ ਲਾਂ। ਉਹਨਾਂ ਨੂੰ ਮੇਰੀ ਜਿਵੇਂ ਕਹਿੰਦੇ ਨੇ ਮਾਂ ਪਿਓ ਤਾਂ ਹਰ ਇੱਕ ਦਾ ਸੁੱਖ ਮੰਗਦਾ, ਪਰ ਮੇਰੇ ਮਾਂ ਪਿਓ ਇਹ ਕਹਿੰਦੇ ਬਸ ਵੀ ਇਹਦਾ ਕੰਮ ਚੱਲ ਜਿਹੜਾ ਵਧੀਆ ਜਿਵੇਂ ਪਹਿਲਾਂ ਸੀ ਉਵੇਂ ਸਿਸਟਮ ਇਹਦਾ ਸੈੱਟ ਆ ਜੀ। ਬਸ ਆਪਾਂ ਨੂੰ ਮਤਲਬ ਇੱਕ ਹੁੰਦਾ ਨਾ ਬਹੁਤ ਮਨੀ ਮਾਈਂਡਡ ਵੀ ਮੇਰੇ ਕੋਲ ਜੀ ਆਹ ਹੋਵੇ ਉਹ ਹੋਵੇ, ਮੈਂ ਕਹਿੰਦਾ ਜਸਪ੍ਰੀਤ ਜੀ ਗੁਰੂ ਮਹਾਰਾਜ ਦੀ ਕਿਰਪਾ ਜਿੰਨਾ ਬਹੁਤ ਵਧੀਆ ਅਤੇ ਬਹੁਤ ਸੰਤੁਸ਼ਟੀ ਆ ਉਹਦੇ ਵਿੱਚ। ਪਰ ਇੱਕ ਪੁੱਤ ਹੋਣ ਦੇ ਨਾਤੇ ਮੇਰਾ ਜ਼ਰੂਰ ਮੇਰਾ ਦਿਲ ਕਰਦਾ ਵੀ ਯਾਰ ਉਹਨਾਂ ਦੇ ਜਿੰਨਾ ਚਿਰ ਨੈਣ ਪ੍ਰਾਣ ਚੱਲਦੇ ਆ ਕੁਛ ਬਣ ਜਾਏ, ਮੈਂ ਕੁਛ ਬਣ। ਜਦੋਂ ਕਲਾਕਾਰੀ ਬੰਦੇ ਨੇ ਸ਼ੁਰੂ ਕੀਤੀ ਹੁੰਦੀ ਹੈ ਸਮਕਾਲੀ ਕਲਾਕਾਰ ਹੁੰਦੇ ਨੇ ਬੰਦੇ ਦੇ ਨਾਲ, ਹਾਂਜੀ ਉਸ ਦੌਰ 'ਚ ਜਿਹਨਾਂ ਨੇ ਕਲਾਕਾਰੀ ਸ਼ੁਰੂ ਕੀਤੀ ਹੁੰਦੀ ਹੈ, ਹਾਂਜੀ ਫਿਰ ਐਂ ਲੱਗਦਾ ਹੁੰਦਾ ਵੀ ਯਾਰ ਵੀ ਜਦੋਂ ਉਹਨਾਂ ਨੇ ਕਲਾਕਾਰੀ ਸ਼ੁਰੂ ਕੀਤੀ ਤੇ ਮੈਂ ਕਲਾਕਾਰ ਬਣਨਾ ਸ਼ੁਰੂ ਹੋਇਆ ਸੀ ਜੀ, ਉਹਦੇ ਬਾਅਦ ਉਹ ਕਿੱਥੇ ਤੇ ਮੈਂ ਕਿੱਥੇ, ਕਦੇ ਸ਼ੀਸ਼ੇ ਮੂਹਰੇ ਖੜ ਕੇ ਆਪਦੇ ਆਪ ਨੂੰ ਆਲੋਚਨਾ ਕੀਤੀ ਹੋਵੇ ਜਾਂ ਆਪਦੇ ਆਪ 'ਤੇ ਵਿਅੰਗ ਕੱਸਿਆ ਹੋਵੇ ਕਿਸੇ ਗੱਲ ਦਾ? ਮੈਂ ਜੀ ਪਹਿਲਾਂ ਬਹੁਤ ਕੱਸਦਾ ਸੀ ਤੁਹਾਨੂੰ ਸੱਚੀ ਦੱਸਾਂ, ਕਿਉਂਕਿ ਹਿਊਮਨ ਨੇਚਰ ਹੈ। ਰੰਜ ਹੈ ਜ਼ਿੰਦਗੀ 'ਤੇ? ਨਹੀਂ ਹੁਣ ਨਹੀਂ ਹੈ, ਸੱਚੀ ਦੱਸਾਂ ਹੁਣ ਕੋਈ ਨਹੀਂ, ਕਿਉਂਕਿ ਪਹਿਲਾਂ ਕੀ ਇੱਕ ਤਾਂ ਉਮਰ ਉਵੇਂ ਸੀਗੀ, ਇੱਕ ਕਰੋਨਾ ਵੇਲੇ ਬਹੁਤ ਕੁਛ ਦੇਖ ਲਿਆ, ਕਰੋਨਾ ਤੋਂ ਲੈ ਕੇ ਹੁਣ ਤੱਕ ਜਿਹੜਾ ਸਮਾਂ, ਹੁਣ ਤਾਂ ਚਲੋ ਦੁਬਾਰਾ ਮੈਂ ਆਪਦਾ ਕੰਟੀਨਿਊ ਕੀਤਾ ਆਪਦਾ ਸਾਰਾ ਪ੍ਰੋਜੈਕਟ ਕਰ ਰਿਹਾ, ਹੁਣੇ ਪਿੱਛੇ ਜੇ ਦੋ ਮੇਰੇ ਪ੍ਰੋਜੈਕਟ ਆਏ ਹੈ, ਦੋ ਪਹਿਲਾਂ ਆਏ, ਚਾਰ ਪ੍ਰੋਜੈਕਟ ਮੇਰੇ ਆ ਚੁੱਕੇ ਆ ਹੁਣ ਫਿਰ। ਸੋ ਹੁਣ ਮੈਨੂੰ ਨਹੀਂ ਲੱਗਦਾ, ਕਿਉਂਕਿ ਜਿਹੜਾ ਤੁਹਾਡੇ ਭਾਗਾਂ ਦਾ ਤੁਸੀਂ ਖਾਣਾ ਆਪਦੀ ਕਮੀ ਕਰਕੇ ਲੱਗਦਾ ਪਿੱਛੇ? ਬਿਲਕੁਲ ਲੱਗਦਾ ਜੀ, ਇੱਕ ਤਾਂ ਹੁਣ ਤੁਹਾਡਾ ਭਰਾ ਜ਼ਿਆਦਾ ਫਿੱਟ ਹੋ ਗਿਆ, ਥੋੜ੍ਹਾ ਜਿਹਾ ਪਹਿਲਾਂ ਜਿਹਾ ਸਲਿਮ ਸੀ ਮੈਂ, ਅਤੇ ਉਹ ਚਲੋ ਗੁਰੂ ਮਹਾਰਾਜ ਨੇ ਉਹ ਵੀ ਕੁਛ ਮੇਰੇ ਨਾਲ ਧੱਕਾ ਕਰਤਾ, ਮੇਰਾ ਬਾਂਹ ਮੇਰੀ ਟੁੱਟੀ, ਉਦੋਂ ਬਾਅਦ ਮੈਂ ਕਾਫੀ ਰੈਸਟ 'ਤੇ ਰਿਹਾ, ਫਿਰ ਉਹ ਬਸ ਜੇ ਕਹਿੰਦੇ ਵੀ ਜਦੋਂ ਟਾਈਮ ਤੁਹਾਡਾ ਦੇ ਨਾਲ ਨਾਲ ਕਦੇ ਲੱਗਦਾ ਵੀ ਬੂਸਟ ਵੀ ਮੁੱਕਦਾ ਜਾਂਦਾ? ਨਾ 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 ਜੀ ਨਾ, ਹੁਣ ਖੜ੍ਹ ਜਾਓ ਸਟੇਜ ਦੇ ਉੱਤੇ ਨਾਲ ਮੇਰੇ, ਕੋਈ ਚੱਕਰ ਵਾਲੀ ਗੱਲ ਹੀ ਨਹੀਂ, ਇਸ ਗੱਲੋਂ ਨਹੀਂ ਕੋਈ ਉਹ ਹੈਗਾ ਆਪਾਂ ਨੂੰ। ਇਹ ਮਾਂ ਸਰਸਵਤੀ ਦੀ ਬਹੁਤ ਕਿਰਪਾ ਜੀ, ਮੈਂ ਮੰਨਦਾ ਮੈਂ ਸ਼ੁਕਰ ਗੁਜ਼ਾਰ ਹਾਂ। ਵਾਰ ਹੁਣ ਵੀ ਗਾ ਲੈਂਦੇ ਹਾਂ, ਕੋਸ਼ਿਸ਼ ਕਰ ਲੈਂਦਾ ਸਾਡੇ ਦਰਸ਼ਕਾਂ ਨੂੰ ਵਾਰ ਸੁਣਾ। ਬਿਲਕੁਲ ਜੀ, ਮੇਰਾ ਇੱਕ ਮੈਂ ਛੋਟੇ ਹੁੰਦੇ ਤੋਂ ਬੜੀ ਮੈਂ ਗਾਈ ਹੈ ਵਾਰ ਜੀ, ਬਾਈ ਹਰਭਜਨ ਮਾਨ ਦੀ, ਸਾਡੇ ਪਿੰਡਾਂ ਦੇ ਨੇ, ਲਗਾਵ ਉਹਨਾਂ ਨਾਲ ਉਹ ਸੀ, ਅਤੇ ਬੜਾ ਸੱਚ ਵੀ ਹੈ ਉਸ ਵਾਰ ਦੇ ਵਿੱਚ। ਹੋ ਪੇਟੋ ਇੱਕ ਮਾਤਾ ਦਿਓ ਮੁੜ ਕੇ ਜਨਮ ਨੀ ਲੈਣਾ ਵੀਰਾ, ਪੇਟੋ ਇੱਕ ਮਾਤਾ ਦਿਓ ਮੁੜ ਕੇ ਜਨਮ ਨੀ ਲੈਣਾ ਵੀਰਾ, ਮਾਂ ਜਾਇਆ ਭਗਤ ਸਿਆ ਜਿਸ ਦੇ ਦਿਲ ਵਿੱਚ ਸਤਰਾਂ ਲੱਖਾਂ, ਮੈਂ ਅਮਰ ਕੌਰ ਭੈਣਾ ਕੋਲੇ ਭਰੀ ਖੜੀ ਹਾਂ ਅੱਖਾਂ, ਆਖਿਰ ਦੀ ਮਿਲਣੀ ਨੂੰ ਆਈ ਮੈਂ ਤੇਰੀ ਹਮਸ਼ੀਰਾ, ਪੇਟੋਂ ਇੱਕ ਮਾਤਾ ਦਿਓ ਮੁੜ ਕੇ ਜਨਮ ਨੀ ਲੈਣਾ ਵੀਰਾ। ਇਹ ਮੇਰੇ ਬੜੇ ਦਿਲ ਦੇ ਕਰੀਬ ਹੈ ਜੀ। ਪੁਰਾਣੇ ਕਲਾਕਾਰਾਂ ਨੂੰ ਕਿਹਨਾਂ ਨੂੰ ਸੁਣਦੇ ਹੋ? ਮੈਂ ਸਭ ਨੂੰ ਸੁਣ ਲੈਂਦਾ, ਮੈਂ ਸਭ ਨੂੰ ਸੁਣਦਾ। ਕਦੇ ਧਾ ਕੇ ਆਹ ਜਿਵੇਂ ਕਲਾਕਾਰ ਕੰਨ ਨੂੰ ਹੱਥ ਲਾ ਕੇ ਕਹਿ ਦਿੰਦੇ ਮੈਂ ਜੀ ਉਹਨਾਂ ਨੂੰ ਬਹੁਤ ਸੁਣਦਾ? ਮੈਨੂੰ ਤਾਂ ਬਾਈ ਬੁਰਾ ਲੱਗਦਾ, ਸਹੀ ਦੱਸਾਂ ਆਪ ਨੂੰ ਸੰਗ ਜੀ ਆਉਂਦੀ ਹੈ। ਹਾਂ, ਕਿਉਂਕਿ ਪਤਾ ਕੀ ਗੱਲ ਜੀ, ਜਦੋਂ ਚੀਜ਼ ਦਾ ਪਤਾ ਹੀ ਨਹੀਂ, ਤੁਸੀਂ ਹੁਣ ਕਹਿੰਦੇ ਵੀ ਐਂ ਜੇ ਕਰੋ ਭਰਾਵਾ ਉਹ ਕੰਮ ਜਾਂ ਟਿੱਡਾ ਲੱਗਦਾ। ਹਾਂ ਉਹ ਵਧੀਆ ਮਿਹਨਤ ਨਹੀਂ, ਵਧੀਆ ਲੱਗਦਾ, ਸਹੀ ਦੱਸਾਂ। ਤੁਸੀਂ ਰਿਸਪੈਕਟ ਦੇਣੀ ਹੈ ਕਿਸੇ ਨੂੰ, ਮੇਰੇ ਉਸਤਾਦ ਜੀ ਨੇ ਉਹਨਾਂ ਨੂੰ ਤੁਸੀਂ ਰਿਸਪੈਕਟ ਦੇਣੀ, ਉਹ ਦਿਲੋਂ ਰਿਸਪੈਕਟ ਹੈ, ਉਹਨਾਂ ਦੇ ਚਰਨਾਂ ਵਿੱਚ ਹੈ ਸਭ ਕੁਛ, ਉਹ ਮਤਲਬ ਦਿਖਾਉਣ ਦੀ ਲੋੜ ਨਹੀਂ ਹੈ ਕੋਈ, ਇਹ ਢੌਂਗ ਨੇ, ਮੈਨੂੰ ਐਂ ਲੱਗਦਾ ਵੀ ਇਹ ਢੌਂਗ ਹੀ ਨੇ।
ਪਖੰਡ ਕਰਦੇ ਨੇ, ਪਖੰਡ ਹੀ ਨੇ, ਹੋਰ ਕੀ ਹੈ। ਕਿਸੇ ਨੂੰ ਮੰਨਣਾ ਆਇਆ ਥੋੜ੍ਹਾ ਮੰਨਾਂਗੇ ਆਪਾਂ, ਕਮਾਲ ਦੀ ਗੱਲ ਹੈ ਜੀ, ਇਹ ਕੋਈ ਮੰਨਣਾ ਨਹੀਂ ਹੋਇਆ। ਰੋਮੈਂਟਿਕ ਵੀ ਆ, ਰੋਮੈਂਟਿਕ ਬਿਲਕੁਲ ਹੈਗੇ ਆ ਜੀ, ਕਲਾਕਾਰ ਦੇਖੋ, ਕਲਾਕਾਰ ਅਤੇ ਰੋਮੈਂਟਿਕ, ਕਲਾਕਾਰ 'ਚ ਸਭ ਤੋਂ ਵੱਧ ਫੀਲਿੰਗ ਹੁੰਦੀ ਹੈ। ਮੈਂ ਗਾਣਾ ਗਾਇਆ ਸੀ ਜੀ ਇੱਕ, ਵੇ ਮਾਪਿਆਂ ਦੀ ਵੇਤੀ ਮੈਂ ਕੱਲੀ, ਵੇ ਤੇਰੇ ਇਸ਼ਕੇ ਵਿੱਚ ਡੁੱਬ ਚੱਲੀ, ਵੇ ਸ਼ੱਕ ਕਿਉਂ ਕਰਦਾ ਸੱਜਣਾ, ਮੈਂ ਸੂਲੀ ਚੜ ਵੀ ਸਕਦੀ ਆਂ ਤੇਰੇ ਲਈ, ਲੜ ਵੀ ਸਕਦੀ ਆਂ ਤੇਰੇ ਲਈ, ਮਰ ਵੀ ਸਕਦੀ। ਵੇ ਮਾਪਿਆਂ ਦੀ ਵੇਤੀ ਮੈਂ ਕੱਲੀ, ਵੇ ਤੇਰੇ ਇਸ਼ਕੇ ਵਿੱਚ ਡੁੱਬ ਚੱਲੀ। ਰੋਮੈਂਟਿਕ ਵੀ ਹੈਗੇ ਆ ਜੀ। ਰਮਨ ਜੀ, ਬਹੁਤ ਸਾਰੇ ਕਲਾਕਾਰਾਂ 'ਤੇ ਉਂਗਲ ਕਰਦੇ ਨੇ ਲੋਕ, ਅਗਲੇ ਕਹਿੰਦੇ ਨੇ ਵੀ ਕਲਾਕਾਰ ਤਾਂ ਚੋਟੀ ਦਾ ਸੀ ਯਾਰ, ਐਬ ਲੈ ਕੇ ਬਹਿ ਗਏ, ਸ਼ਰਾਬ ਦਾ ਜਾਂ ਸ਼ਬਾਬ ਦਾ। ਸੱਚੀ ਗੱਲ ਦੱਸਾਂ ਤੁਹਾਨੂੰ ਮੈਂ, ਜਦੋਂ ਬੰਦੇ ਦਾ ਟਾਈਮ ਨੈਗੇਟਿਵ ਆਉਂਦਾ ਨਾ ਜੀ, ਉਦੋਂ ਬੰਦਾ ਸਾਰਿਆਂ ਨੂੰ ਸਾਰਾ ਕੁਛ ਹੀ ਲੱਗਣ ਲੱਗ ਜਾਂਦਾ। ਪਹਿਲਾਂ ਵਾਲੀ ਜਿਹੜੀ ਤੁਹਾਨੂੰ ਮੈਂ ਗੱਲ ਦੱਸ ਕੇ ਹਟਿਆ ਵੀ ਜਦੋਂ ਬੰਦਾ ਚੱਲ ਨਹੀਂ ਰਿਹਾ, ਬੰਦਾ ਘਰ ਬੈਠਾ, ਉਦੋਂ ਬੰਦੇ ਨੂੰ ਬੰਦੇ ਦੇ ਸਾਰੇ ਐਪ ਹੀ ਦੇਖਣ ਲੱਗ ਜਾਂਦੇ ਉਦੋਂ ਸਾਰੇ। ਹੁਣ ਜੋ ਤੁਸੀਂ ਬਣਨਾ ਚਾਹੁੰਦੇ ਹੋ ਉਹ ਚੀਜ਼ ਹੋ ਨਹੀਂ ਰਹੀ, ਤੁਹਾਡਾ ਮੂੰਹ ਤਾਂ ਉੱਤਰੇ ਰਹੂਗਾ। ਜਦੋਂ ਜਿਹੜੀ ਚੀਜ਼ ਤੁਹਾਨੂੰ ਖੁਸ਼ੀ ਨਹੀਂ ਮਿਲ ਰਹੀ, ਤੁਹਾਨੂੰ ਜੋ ਤੁਸੀਂ ਕਰਨਾ ਚਾਹ ਰਹੇ ਹੋ, ਕਰਨਾ ਚਾਹ ਰਹੇ ਮਤਲਬ ਕਿ ਤੁਹਾਨੂੰ ਉਹ ਪਟੜੀ 'ਤੇ ਚੜ੍ਹਿਆ ਨਹੀਂ ਜਾ ਰਿਹਾ, ਜਿਹੜੀ ਦੌੜ 'ਚ ਉਹ ਨਹੀਂ ਕਲੀਅਰ ਹੋ ਰਹੀ, ਉਹ ਤੁਸੀਂ ਉਹਦੇ ਵਿੱਚ ਫਿਰਦੇ ਹੋ। ਉਹ ਤੁਹਾਡਾ ਚਿੱਤ ਤੁਹਾਡਾ ਮਾਂ ਪਿਓ ਸਮਝ ਸਕਦਾ, ਤੁਹਾਡਾ ਚੰਗਾ ਦੋਸਤ ਸਮਝ ਸਕਦਾ, ਤੁਹਾਡੀ ਘਰ ਵਾਲੀ ਸਮਝ ਸਕਦੀ ਹੈ, ਹੋਰ ਕੋਈ ਸਮਝ ਨਹੀਂ ਸਕਦਾ ਜੀ। ਸੋ ਲੋਕ ਇਸ ਤਰ੍ਹਾਂ ਭੇਡ ਚਾਲ ਹੈ ਜੀ, ਕਹਿੰਦੇ ਜਦੋਂ ਗੁਰਬਤ ਆਉਂਦੀ ਹੈ ਉਦੋਂ ਸਾਰਾ ਕੁਛ ਨਾਲ ਲੈ ਕੇ ਆਉਂਦੀ ਹੈ। ਸੋ ਇਹ ਤਾਨੇ ਮਿਹਣੇ ਇਹ ਵੋ ਇਹ ਸਭ ਕੁਛ ਹੀ ਹੈ, ਇਹ ਸਭ ਇਸ ਚੀਜ਼ ਦਾ ਹਿੱਸਾ ਮੈਨੂੰ ਲੱਗਦਾ ਜੀ। ਪੈਸਾ ਸਾਰੀਆਂ ਚੀਜ਼ਾਂ ਢੱਕ ਲੈਂਦਾ? ਪੈਸਾ ਜੀ, ਜੇ ਤਾਂ ਦੁਨੀਆਂ ਨੂੰ ਦਿਖਾਉਣਾ ਸਭ ਕੁਛ ਢੱਕ ਲੈਂਦਾ, ਜੇ ਦੁਨੀਆਂ ਨੂੰ ਦਿਖਾਉਣਾ। ਜੇ ਤੁਸੀਂ ਉਹ ਖੁਸ਼ੀ ਚਾਹੁੰਦੇ ਹੋ ਫਿਰ ਤੁਹਾਨੂੰ ਤੰਦਰੁਸਤੀ ਜੇ ਹੈਗੀ ਹੈ ਜੀ, ਫਿਰ ਤੁਹਾਨੂੰ ਪੈਸਿਆਂ ਦੀ ਲੋੜ ਨਹੀਂ। ਰੋਟੀ ਖਾਣੀ ਹੈ ਜਸਪ੍ਰੀਤ ਜੀ, ਉਹੀ ਦਾਲਾਂ ਨੇ, ਉਹੀ ਸਬਜ਼ੀ ਹੈ, ਉਹੀ ਅਮੀਰ ਦੇ ਘਰ ਬਣਦੀ ਹੈ, ਉਹੀ ਗਰੀਬ ਦੇ ਘਰ ਬਣਦੀ ਹੈ, ਢੌਂਗ ਨੇ। ਤੁਹਾਡੀ ਤੰਦਰੁਸਤੀ ਹੈ ਨਾ ਜੀ, ਜੇ ਤੰਦਰੁਸਤੀ ਹੈ ਜਹਾਨ ਹੈ, ਪੈਸਾ ਕੁਛ ਨਹੀਂ। ਪੈਸਾ ਤੁਹਾਡੀ ਨੀਡ ਕਰ ਸਕਦਾ ਪੂਰੀ, ਹੋਰ ਕੁਛ ਨਹੀਂ ਕਰ ਸਕਦਾ। ਪੈਸਾ ਬੰਦੇ ਜੋੜ ਸਕਦਾ, ਪਰ ਜੋ ਤੁਹਾਡਾ ਅਸਲ ਦੋਸਤ ਹੈ, ਜੋ ਤੁਹਾਨੂੰ ਵਾਕਿਆ ਮੁਹੱਬਤ ਕਰਦਾ, ਉਹ ਤੁਸੀਂ ਪੈਸੇ ਨਾਲ ਨਹੀਂ ਖਰੀਦ ਸਕਦੇ। ਇਹ ਮੇਰਾ ਨਿੱਜੀ ਤਜਰਬਾ ਹੁਣ ਤੱਕ ਦਾ। ਜਿਹਨੇ ਤੁਹਾਡੇ ਨਾਲ ਖੜਨਾ, ਜਿਹਨੇ ਤੁਹਾਡੇ ਨਾਲ ਆਉਣਾ, ਉਹ ਮਤਲਬ ਉਹਨੂੰ ਕੋਈ ਤੁਹਾਡੇ 'ਤੇ ਗਾਉਂ ਨਹੀਂ ਹੋਊਗਾ, ਉਹ ਤੁਹਾਨੂੰ ਪਿਆਰ ਕਰਦਾ ਹੋਊਗਾ। ਅਤੇ ਲੋਕ ਕਹਿ ਵੀ ਦਿੰਦੇ ਆ ਬਹੁਤ ਘੱਟ ਜਾਣੇ ਹੁੰਦੇ ਆ, ਮੈਂ ਤਾਂ ਤੁਹਾਨੂੰ ਐਵੇਂ ਕਹਾਂ ਟੱਚ ਬੋਰਡ ਜੀ, ਮੇਰੇ ਕੋਲ ਤਾਂ ਬਹੁਤ ਭਰਾ ਨੇ ਇਹ ਜੇ, ਅੱਜ ਵੀ ਤੁਸੀਂ ਦੇਖਿਆ ਮੇਲਾ ਲੱਗਿਆ ਪਿਆ। ਇਹ ਪਿਆਰ ਦੀ ਹੈ ਚੀਜ਼, ਇਹ ਕੋਈ ਨਾ ਤਾਂ ਬਾਈ ਉਹਨਾਂ 'ਤੇ ਮੇਰਾ ਕੋਈ ਪੈਸੇ ਦਾ ਪ੍ਰਭਾਵ ਹੈ, ਨਾ ਉਹਨਾਂ ਦਾ ਮੇਰੇ 'ਤੇ ਪੈਸੇ ਦਾ ਪ੍ਰਭਾਵ ਹੈ, ਇਹ ਪਿਆਰ ਦੀਆਂ ਗੱਲਾਂ, ਰਿਸਪੈਕਟ ਹੈ। ਇਹ ਬਿਨਾਂ ਪੈਸੇ ਤੋਂ ਹੈ, ਇਹ ਨਹੀਂ ਮਿਲਦੀ। ਤੁਸੀਂ ਬਹੁਤ ਦੇਖਿਆ ਹੋਣਾ, ਜਿਵੇਂ ਅਸੀਂ ਨਾ ਜਦੋਂ ਮੈਂ ਚੰਡੀਗੜ੍ਹ 2006 ਦੇ ਵਿੱਚ ਜਦੋਂ ਮੈਂ ਗਿਆ ਜੀ, ਉੱਥੇ 17 ਸੈਕਟਰ ਦੇ ਵਿੱਚ ਲੋਕ ਨਾ ਗੱਡੀਆਂ ਲੈ ਕੇ ਖੜ੍ਹੇ ਹੁੰਦੇ ਸੀ। ਮੈਂ ਬਹੁਤ ਲੋਕ ਅਕਸਰ ਰਾਤ ਨੂੰ ਗੱਡੀਆਂ 'ਚ ਰੋਂਦੇ ਵੇਖੇ ਆ, ਉਹ ਹੁਣ ਸਮਝ ਆਉਂਦੀ ਹੈ ਜਾ ਕੇ, ਉਹ ਲੋਕ ਇਕੱਲੇ ਇੰਨੇ ਉਹਨਾਂ ਕੋਲ ਹੈ ਹੀ ਨਹੀਂ ਕੋਈ ਬਹਿਣ ਵਾਲਾ, ਗੱਡੀਆਂ ਵੱਡੀਆਂ ਨੇ, ਖੁੱਲ੍ਹਾ ਖਰਚਣ ਨੂੰ ਹੈ, ਖੁੱਲ੍ਹਾ ਖਾ ਸਕਦੇ ਆ, ਪਰ ਖਾਣਗੇ ਕਿਹਦੇ ਨਾਲ, ਬੈਠਣਗੇ ਕਿਹਦੇ ਨਾਲ,
ਉਹ ਪੈਸਾ ਖੇ ਹੈ ਜੀ, ਉਹ ਤੁਸੀਂ ਪੈਸੇ ਨਾਲ ਨਹੀਂ ਖਰੀਦ ਸਕਦੇ। ਫਿਰ ਇੰਡਸਟਰੀ 'ਚ ਬੰਦਾ ਸਰਵਾਈਵ ਕਿਹੜਾ ਕਰ ਸਕਦਾ? ਇਹ ਮੁਕੱਦਰਾਂ ਦੀ ਖੇਡ ਹੈ ਜੀ ਮੈਨੂੰ ਜਿਹੜਾ ਲੱਗਦਾ। ਤੁਹਾਡਾ ਚੰਗਾ ਪਰੱਪਾ ਦੇਖੋ ਮਾੜਾ ਕੋਈ ਵੀ ਨਹੀਂ ਹੈਗਾ ਹਰੇਕ ਦਾ। ਤੁਹਾਨੂੰ ਮੈਂ ਦੱਸਿਆ ਵੀ ਸਮਾਂ, ਜਦੋਂ ਤੁਹਾਡਾ ਸਮਾਂ ਹੈ ਨਾ ਉਦੋਂ ਤੁਹਾਡੇ ਨਾਲ ਸਾਰੇ ਜਾਣੇ ਖੜਨਗੇ ਤਾਂ ਤੁਸੀਂ ਮੱਲੋ ਮੱਲੀ ਸਰਵਾਈਵ ਕਰ ਜਾਣਗੇ। ਬਾਬੇ ਨਾਨਕ ਨੇ ਤੁਹਾਡੀ ਉਂਗਲ ਫੜੀ ਹੈ, ਜੇ ਗੁਰੂ ਮਹਾਰਾਜ ਤੁਹਾਡੀ ਉਂਗਲ ਫੜਦਾ ਤੁਹਾਨੂੰ ਉੱਥੇ ਬੈਠੀ ਨੂੰ ਦਿਓ, ਫਿਰ ਸਰਵਾਈਵ ਵੀ ਆਪੇ ਕਰਾਓ। ਇਹ ਮੁਕੱਦਰਾਂ ਦੀ ਗੇ ਮੁਕੱਦਰ ਖੇਡਦੇ ਨੇ ਉੱਥੇ, ਬਿਲਕੁਲ ਖੇਡਦੇ ਆ ਜੀ, ਕੋਈ ਸ਼ੱਕ ਨਹੀਂ ਇਸ ਗੱਲ ਦੇ ਵਿੱਚ। ਪੈਸਾ ਅਤੇ ਸੰਗੀਤ ਕੀ ਚੀਜ਼ ਦਾ? ਸੰਗੀਤ ਦਾ ਪੈਸੇ ਨਾਲ ਕੋਈ ਮੇਲ ਨਹੀਂ ਜੀ। ਨਾਲੇ ਅੱਜ ਕੱਲ੍ਹ ਕਹਿੰਦੇ ਸੰਗੀਤ ਹੀ ਪੈਸੇ ਵਾਲੇ ਦਾ। ਨਹੀਂ ਇਹ ਜੀ ਕੋਈ ਗੱਲ ਨਹੀਂ, ਮੈਨੂੰ ਨਹੀਂ ਲੱਗਦਾ ਪੈਸੇ ਨਾਲ ਤੁਸੀਂ ਸੰਗੀਤ ਵਧੀਆ ਬਣਾ ਸਕਦੇ ਹੋ। ਜਿਵੇਂ ਤੁਸੀਂ ਮਿਕਸ ਮਾਸਟਰ ਕਰਾਉਣਾ ਕਿਸੇ ਵਧੀਆ ਬੰਦੇ ਤੋਂ ਕਰਾ ਲਓਗੇ, ਕੋਈ ਲਾਈਵ ਵਧੀਆ ਹੋ ਜੂਗਾ। ਪਰ ਮੈਂ ਤਾਂ ਜਸਪ੍ਰੀਤ ਜੀ ਹੁਣ ਜਦੋਂ ਮੈਂ ਨਵੇਂ ਮੁੰਡਿਆਂ ਦੇ ਨਾਲ ਜਦੋਂ ਹੁਣ ਮੈਂ ਕੰਮ ਕਰਨ ਲੱਗਿਆ ਯਾਰ ਕਿਆ ਕਰੰਟਾਂ ਮੁੰਡਿਆਂ ਦੇ ਵਿੱਚ, ਮੈਂ ਕਹਿੰਦਾ ਬਾਈ ਜੀ ਬਹਿ ਜਾ ਕਰਾਈ ਪਈ ਹੈ। ਤੁਸੀਂ ਬਿਲੀਵ ਕਰੋਗੇ ਅਸੀਂ ਲਾਈਵ ਕਰਾਉਣ ਵਾਸਤੇ ਮੋਹਾਲੀ ਚੰਡੀਗੜ੍ਹ ਜਾਂਦੇ ਸੀ ਅਤੇ ਸਾਨੂੰ ਬੇਵਕੂਫ ਬਣਾਇਆ ਜਾਂਦਾ ਸੀ। ਸਾਨੂੰ ਤਾਂ ਹੁਣ ਪਤਾ ਲੱਗਿਆ ਵੀ ਜਿੱਥੋਂ ਜਿਹੜਾ ਮੁੰਡਾ ਹੁਣ ਨਵੇਂ ਕੰਮ ਕਰਦੇ ਆ ਕਿਆ ਬਾਤ ਹੈ ਜੀ, ਮੁੰਡੇ ਐਪਰੀਸ਼ੀਏਟ ਕਰਦੇ ਹਾਂ ਅਸੀਂ ਮੇਰੇ ਨਾਲ ਹੁਣ ਜਿਹੜੇ ਦੋ ਮੁੰਡੇ ਨਵੇਂ ਕੰਮ ਕਰ ਰਹੇ ਆ ਕਿਆ ਬਾਤ ਆ ਬਾਈ ਜੀ। ਮੈਂ ਨਹੀਂ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਵੀ ਆਪਦਾ ਭਾਂਡਾ ਬਾਹਲਾ ਸਲਾਉਣਾ, ਪਰ ਗੱਲ ਇਹ ਆ ਵੀ ਉਹ ਬੰਦੇ ਦਾ ਕੰਮ ਬਾਕੀ ਘੈਂਟ। ਮੇਰਾ ਭਰਾ ਮਿਊਜ਼ਿਕ ਅੰਪਾਇਰ, ਉਹਦੇ ਨਾਲ ਮੈਂ ਵੀਰ ਨਾਲ ਕੰਮ ਕਰ ਰਿਹਾ, ਬਹੁਤ ਵੱਡਾ ਨਾਮ ਹੈ ਭਰਾ ਦਾ। ਬਾਈ ਨਾਲ ਕੰਮ ਕਰ ਰਿਹਾ, ਬਾਈ 'ਚ ਕਰੰਟ ਹੈ ਪੂਰਾ, ਮਤਲਬ ਕ੍ਰੀਏਟਿਵ ਕ੍ਰੀਏਟੀਵਿਟੀ ਜਿਹੜੇ ਬੰਦਿਆਂ 'ਚ ਹੈ ਉਹ, ਮਤਲਬ ਉਹਨਾਂ ਨੂੰ ਕੋਈ ਪੈਸੇ ਤਾਂ ਹੀ ਜਾਂ ਇਹਨਾਂ ਨੂੰ ਉਹ ਕੋਈ ਮਤਲਬ ਨਹੀਂ। ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨਾਲ ਦੋ ਬੋਲ। ਬਾਈ ਜੀ ਤੰਦਰੁਸਤ ਰਹੋ, ਜਿਹੜੇ ਭਰਾ ਨਵੇਂ ਗਾਉਂਦੇ ਆ ਨਵੇਂ ਗਾਉਣ ਲੱਗੇ ਆ ਵਧੀਆ ਸਿੱਖੋ, ਵਧੀਆ ਗਾਓ, ਆਪਦੇ ਯਾਰਾਂ ਦੋਸਤਾਂ ਨੂੰ ਨਾਲ ਰੱਖੋ, ਉਹੀ ਤੁਹਾਡੇ ਸਹਾਰੇ ਆ, ਆਪਦੇ ਮਾਂ ਪਿਓ ਦੇ ਨਾਲ ਵਧੀਆ ਬਣਾ ਕੇ ਰੱਖੋ। ਮੰਦਾ ਚੰਗਾ ਸਭ ਇਹ ਸਮੇਂ ਦੀ ਖੇਡ ਹੈ, ਸਭ ਕੁਛ ਇਹ ਸਮਾਂ ਨਾਲ ਲੈ ਕੇ ਆਉਂਦਾ, ਸਮਾਂ ਹੀ ਲੈ ਜਾਂਦਾ। ਬਿਲਕੁਲ। ਸੋ ਹਾਂ, ਸੋ ਜੇ ਕਿਸੇ ਨੂੰ ਵੀ ਕੋਈ ਗੱਲ ਹੋਊਗੀ ਕਹਿਣੀ ਜਾਂ ਕਹਿਤੀ, ਸਿੱਧਾ ਜਾ ਕੇ ਗੱਲ ਕਰੋ ਵੀ ਭਰਾਵਾ ਆਪਾਂ ਇਕੱਠੇ ਸੀ, ਆਹ ਗੱਲਬਾਤ ਸੀ, ਮੇਰੀ ਮਾਫੀ। ਮਾਫੀ ਮੰਗਣ ਨਾਲ ਕੋਈ ਬੰਦਾ ਛੋਟਾ ਨਹੀਂ ਹੋ ਜਾਂਦਾ, ਅਤੇ ਮਾਫੀ ਦੇਣ ਵਾਲਾ ਉਦੋਂ ਵੱਡਾ ਹੁੰਦਾ ਗਾ ਕੇ। ਸੋ ਬਾਈ ਜੀ ਜੱਟਵਾਦ ਹੈ ਜਿਹੜਾ ਆਪਣਾ ਗਾਣਾ ਚੱਲਿਆ, ਜਿਹਨੇ ਮੈਨੂੰ ਨਾਮ ਦਿੱਤਾ ਰੈਮੀ ਰਮਨ ਜੀ। ਹੋ ਪੁੱਛ ਪੁੱਛ ਤੇਰੀ ਕੋਈ ਕਰੂਗਾ ਰਕੇਸ਼ਨੀ, ਜੱਟ ਪੱਲੇ ਹਰ ਵੇਲੇ ਕੰਜਰ ਕਲੇਸ਼ਨੀ, ਹੋ ਜਦੋਂ ਡਾਂਗੀ ਉੱਤੇ ਹੋਈ ਨੀ ਜਦੋਂ ਡਾਂਗੀ ਉੱਤੇ, ਹੋ ਜਦੋਂ ਡਾਂਗੀ ਉੱਤੇ ਡੇਰਾ ਘਰ ਬਹਿ ਗਿਆ ਨੀ ਕਹੇਗੀ ਭੁਚਾਲ ਆ ਗਿਆ। ਹੁੱਪਾ ਤੂੰ ਜੱਟੀ ਟਿਊੜ ਦੇ ਖਿਲਾਰੇ ਜੱਟੀਏ, ਹੋ ਜੱਟ ਵਿੱਚ ਜਦੋਂ ਜੱਟ ਵਾਦ ਆ ਗਿਆ। ਵਾਹ, ਬਹੁਤ ਸ਼ੁਕਰੀਆ ਰਮਾਣਾ ਜੀ ਸਮਾਂ ਦੇਣ ਲਈ। ਥੈਂਕ ਯੂ ਸੋ ਮਚ ਭਾਅ ਜੀ, ਤੁਹਾਡਾ ਬਹੁਤ ਧੰਨਵਾਦ ਜੀ। ਮਿਹਰਬਾਨੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।